ਜਿਹੜੇ ਸਾਡੇ ਮੁੱਦੇ ਨੇ, ਘੱਟ ਗਿਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ, ਗਰੀਬਾਂ ਦੇ ਮੁੱਦੇ ਹੋਣ, ਕਿਸਾਨਾਂ ਦੇ ਹੋਣ, ਵਪਾਰੀਆਂ ਦੇ ਹੋਣ, ਜੋ ਵੀ ਮੁੱਦੇ ਨੇ ਪੰਜਾਬ ਦੇ, ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕਦੇ ਆ ਰਹੇ ਨੇ। ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਹਾਂ। ਮੌੜ ਦੇ ਵਿੱਚ ਮੈਂ ਆਜ਼ਾਦ ਤੌਰ ਦੇ ਉੱਤੇ ਚੋਣ ਲੜੀ ਸੀ, 29,000 ਦੇ ਕਰੀਬ ਉਦੋਂ ਵੋਟ ਪਈ ਸੀ। ਜਿਹੜੀਆਂ ਸਥਾਪਿਤ ਧਿਰਾਂ ਸੀਗੀਆਂ ਸ਼੍ਰੋਮਣੀ ਅਕਾਲੀ ਦਲ, ਬਾਦਲ ਜਾਂ ਕਾਂਗਰਸ, ਉਹ 20,000 'ਤੇ ਜਾਂ 15,000 'ਤੇ ਰਹਿ ਗਏ ਸੀਗੇ। ਬਹੁਤ ਵੱਡੇ ਪੱਧਰ 'ਤੇ ਸਾਥ ਦਿੱਤਾ ਸੀ ਲੋਕਾਂ ਨੇ। ਅੱਜ ਵੀ ਸਾਡੇ ਉਹੀ ਮੁੱਦੇ ਨੇ, ਉਸੇ ਦੀ ਲੜ ਰਹੇ ਹਾਂ। ਹਾਲਾਂਕਿ ਅੱਜ ਵੀ ਬਹੁਤ ਧਿਰਾਂ ਐਸੀਆਂ ਹੈਗੀਆਂ ਜਿਹੜੀਆਂ ਚਾਰ ਸਪੇਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ, ਸਾਡੀ ਪਾਰਟੀ ਵੱਲੋਂ ਲੜ ਸਕਦੇ ਹਾਂ। ਮੈਂ ਕਿਹਾ ਨਹੀਂ, ਤੁਸੀਂ ਹਮੇਸ਼ਾ ਅਹੁਦਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵੇਚੇ ਨੇ। ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਧਰ ਨੂੰ ਪੰਜਾਬ ਹੁਣ ਵੱਧ ਰਿਹਾ। ਇਹ ਬੜਾ ਸੋਚਣ ਦਾ ਵਿਸ਼ਾ, ਬੜਾ ਚਿੰਤਾ ਦਾ ਵਿਸ਼ਾ ਕਿ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਵੀ ਲਗਾਤਾਰ ਇਹ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲ੍ਹਣੇ ਚਾਹੀਦੇ, ਚਾਹੇ ਉਹ ਹੁਸੈਨੀ ਵਾਲਾ ਬਾਰਡਰ ਹੋਵੇ ਫਿਰੋਜ਼ਪੁਰ ਦਾ, ਚਾਹੇ ਉਹ ਵਾਹਗਾ ਬਾਰਡਰ ਹੋਵੇ। ਅਸੀਂ ਉਹਨਾਂ ਬਾਰਡਰਾਂ ਰਾਹੀਂ ਇਕੱਲਾ ਵਪਾਰ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ, ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ 'ਚ ਰਹਿ ਗਏ ਆ, ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ। ਉੱਧਰਲੇ ਜਿਹੜੇ ਮੁਸਲਮਾਨ ਨੇ, ਸਾਡੇ ਭਰਾ ਨੇ, ਜਿੰਨੇ ਵੀ ਉਹਨਾਂ ਦੇ ਇੱਧਰ ਧਾਰਮਿਕ ਸਥਾਨ ਆ, ਉਹਨਾਂ ਦੇ ਦਰਸ਼ਨ ਕਰ ਨਾ ਸਕਣ। ਸਾਡੇ ਬਹੁਤ ਪੁਰਾਤਨ ਜਿਹੜੇ ਸਾਡੇ ਲੋਕ ਨੇ, ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ। ਇਹ ਸਮਰਥਨ ਹੈ ਪਾਰਟੀ ਮਾਨ ਸਾਹਿਬ ਨੇ ਸਮਰਥਨ ਕੀਤਾ। ਅਸੀਂ ਜਿੰਨੀਆਂ ਵੀ ਹਮਖਿਆਲੀ ਧਿਰਾਂ ਪਾਰਟੀਆਂ ਨੇ, ਹੋਰ ਵੀ ਸਾਡਾ ਚੱਲ ਰਿਹਾ ਯਤਨ ਕਿ ਜਿਹੜੇ ਉਹ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ, ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਗਏ। ਜਿਹੜੀ ਇਹ ਚੋਣ ਹੈ, ਤੁਸੀਂ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਝੰਡੇ ਥੱਲੇ ਲੜੋਗੇ ਜਾਂ ਕਿਵੇਂ? ਅਸੀਂ ਪਹਿਲੇ ਤੋਂ ਦੱਸ ਚੁੱਕੇ ਹਾਂ ਇਕੱਠੇ ਹਾਂ, ਪਹਿਲਾਂ ਤੋਂ ਹੀ ਇਕੱਠੇ ਸੀ। ਜਿੰਨੇ ਵੀ ਮਾਨ ਸਾਹਿਬ ਦੀ 19 ਵਾਲੀ ਚੋਣ ਦੇ ਵਿੱਚ, ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ। ਇਹਨਾਂ ਨੇ ਵੀ ਜਦੋਂ 22 ਦੇ ਵਿੱਚ ਇਲੈਕਸ਼ਨ ਲੜੀ ਹੈ ਮਾਣ ਤੋਂ, ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ। ਸਾਡਾ ਆਜ਼ਾਦ ਤੌਰ 'ਤੇ ਅਸੀਂ ਲੜ ਰਹੇ ਹਾਂ ਚੋਣ। ਬਹੁਤ ਹੋਰ ਧਿਰਾਂ ਵੀ ਨੇ, ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ। ਹੁਣ ਕਿਸਾਨ ਤਾਂ ਚੋਣ ਲੜਦੇ ਨਹੀਂ ਹੈ, ਵਿਚਾਰਧਾਰਾ ਸਾਡੀ ਕਿਸਾਨਾਂ ਨਾਲ ਵੀ ਅਲੱਗ ਹੀ। ਅਸੀਂ ਸਰੂਰ ਚ ਇਹਨਾਂ ਨਾਲ